संत बाबा कर्म सिंह जी रोज दे नियम अनुसार आज भी नदियों पार जाके परमेश्वर दे भजन सिमरन विच जुड़ गए। एहो जेही बिरती लीन होई तो ही मोही मोही तो ही अंतर कैसा, जिवें काबल विच भाई गोंदे दी समाधि दे चार पैर सतवें पातशाह जी नूं सिंघासन तो नहीं सी उठन दिता, इहो प्यारे नूं प्रेम दीआं जंजीरां विच बन्ह लिया। इसे अवस्था विच समा लंघे दा पता ही नहीं लगदा। इधरों रात दे पहरे दा समा आ गया पर आप जी तां उस अवस्था दा आनंद माण रहे सन। दिन सना हैन बीत नहीं शास्त्र तहां बसे निरंकारा। उधरों ड्यूटी तो गैर हाजिर जान के कमांडर अफसर दे पास रिपोर्ट पूजी कि अज भाई कर्म सिंह हौलदार मेजर ड्यूटी ते नहीं आए। इधरों अकाल पुरख जिवें सैन की जगह आप रूप धारण करके राजे दे शरीर दी मालिश करन आया सी। इसे तरह बाबा कर्म सिंह जी दा रूप धारण करके वर्दी पहन के पहरे ते आ खलोता। अंग्रेज अफसर ने फौजी तरीके अनुसार पहरा अते शास्त्र आदि चेक कीते, दस्तखत भी लए अते दित्ते भी चला गया। डेरे ते जाके शिकायत करन वाले नूं डांटिया कि तू झूठी शिकायत कीती है, ओह तां पहरे ते खड़े हन। मैं अपने अर्दली समेत जाके सब पहरा ठीक ठाक देख आया हां, तां शिकायत करन वाला हैरान होके बाबा जी पास बाहर चलिया गया। उत्थे जाके बैठे तके ते फौज विच भी गिनती पूरी देखी, फिर आप जाके कर्नल पास कैद की, पर उसने क्या मैं आप जाके उन्होंने ड्यूटी ते देख आया हाँ। इधरों जदों सवेरा होया संतां दी समाधि खुली तां रात दे पहरे दा चेता आया कि असीं बड़ी गलती कीती जो ड्यूटी तो गैर हाजिर हो गए। जिस जगह ते आप भजन करन बैठदे सन एक पठान दा खूह सी, ਉਹ ਰੋਜ਼ ਹੀ ਆਪ ਜੀ ਦੇ ਬੈਠਣ ਵਾਸਤੇ ਰੇਤ ਦਾ ਥੜਾ ਬਣਾ ਕੇ ਰੱਖਦਾ ਹੁੰਦਾ ਸੀ ਤੇ ਹੋਰ ਵੀ ਜਥਾ ਸ਼ਕਤ ਸੇਵਾ ਕਰਦਾ ਸੀ। ਸਵੇਰੇ ਆ ਕੇ ਉਸ ਪਠਾਨ ਨੇ ਸੰਤਾਂ ਨੂੰ ਸਲਾਮ ਕਰਕੇ ਪੁੱਛਿਆ, ਕੀ ਗੱਲ ਹੈ, ਅੱਜ ਰਾਤੀ ਆਪ ਪਹਿਰੇ ਤੇ ਨਹੀਂ ਗਏ, ਛੁੱਟੀ ਲਈ ਹੋਈ ਸੀ। ਸੰਤਾਂ ਨੇ ਉੱਤਰ ਦਿੱਤਿਆ, ਸਾਨੂੰ ਤਾਂ ਅੱਜ ਪਹਿਰੇ ਦਾ ਚੇਤਾ ਹੀ ਭੁੱਲ ਗਿਆ, ਸਾਰੀ ਰਾਤ ਇੱਥੇ ਹੀ ਬੈਠੇ ਰਹੇ। ਫਿਰ ਜਦੋਂ ਆਪ ਛਾਉਣੀ ਵੱਲ ਜਾ ਕੇ 9 ਵਜੇ ਦਫ਼ਤਰ ਵਿੱਚ ਗਏ ਤਾਂ ਅਫਸਰ ਨੇ ਆਪ ਜੀ ਨੂੰ ਬੜੀ ਅਦਬ ਦਾ ਤੇ ਸਤਿਕਾਰ ਨਾਲ ਬਿਠਾਇਆ ਤੇ ਆਖਿਆ, ਰਾਤੀ ਤੁਹਾਡੀ ਮੇਰੇ ਪਾਸ ਸ਼ਿਕਾਇਤ ਪੁੱਜੀ ਸੀ ਕਿ ਭਾਈ ਕਰਮ ਸਿੰਘ ਮੇਜਰ ਹੌਲਦਾਰ ਪਹਿਰੇ ਤੇ ਨਹੀਂ ਆਇਆ, ਜਦੋਂ ਮੈਂ 5 ਮਿੰਟ ਬਾਅਦ ਦੇਖਣ ਗਿਆ ਤੁਸੀਂ ਪਹਿਰਾ ਦੇ ਰਹੇ ਸੀ। ਸੰਤਾਂ ਨੇ ਕਿਹਾ, ਮੈਂ ਤਾਂ ਰਾਤੀ ਗੈਰ ਹਾਜ਼ਰ ਸਾਂ, ਪਹਿਰਾ ਦੇਣਾ ਭੁੱਲ ਹੀ ਗਿਆ ਸੀ, ਸਾਰੀ ਰਾਤ ਨਦੀਓ ਪਾਰ ਹੀ ਰਿਹਾ, ਹੁਣੇ ਸਿੱਧਾ ਦਫ਼ਤਰ ਵੱਲ ਆ ਰਿਹਾ ਹਾਂ। ਸਾਹਿਬ ਆਖਣ ਲੱਗਾ, ਮੈਂ ਤਾਂ ਤੁਹਾਨੂੰ ਆਪ ਪਹਿਰੇ ਤੇ ਖੜਾ ਦੇਖਿਆ ਹੈ, ਮੇਰੇ ਅਰਦਲੀ ਤੋਂ ਪੁੱਛ ਲਓ ਜੋ ਉਸ ਵਕਤ ਮੇਰੇ ਨਾਲ ਸੀ ਅਤੇ ਜਿਸ ਨੇ ਤੁਹਾਨੂੰ ਡਿਊਟੀ ਸੌਂਪੀ ਹੈ ਉਸ ਤੋਂ ਪੁੱਛ ਲਓ ਅਤੇ ਆਪਣੇ ਦਸਤਖਤ ਦੇਖ ਲਓ। ਜਦੋਂ ਸੰਤਾਂ ਨੇ ਦਸਤਖਤ ਦੇਖੇ ਉਹ ਇਹਨਾਂ ਦੇ ਆਪਣੇ ਹੀ ਸਨ, ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਸੀ। ਪਹਿਰੇਦਾਰ ਤੇ ਸਾਹਿਬ ਤੇ ਅਰਦਲੀ ਨੇ ਵੀ ਗਵਾਹੀ ਦਿੱਤੀ ਕਿ ਤੁਸੀਂ ਪਹਿਰੇ ਤੇ ਹਾਜ਼ਰ ਸੀ। ਸੰਤਾਂ ਨੇ ਕਿਹਾ, ਨਜੀਬ ਖਾਂ ਪਠਾਨ ਨੂੰ ਬੁਲਾਓ ਜੋ ਰਾਤੀ ਸਾਡੇ ਪਾਸ ਹੀ ਖੂਹ ਤੇ ਸੁੱਤਾ ਹੁੰਦਾ ਹੈ। ਜਦੋਂ ਪਠਾਨ ਨੂੰ ਦਫ਼ਤਰ ਵਿੱਚ ਬੁਲਾ ਕੇ ਪੁੱਛਿਆ ਕਿ ਰਾਤੀ ਭਾਈ ਕਰਮ ਸਿੰਘ ਜੀ ਕਿੱਥੇ ਸੀ, ਨਜੀਬ ਖਾਂ ਪਠਾਨ ਨੇ ਸਾਹਿਬ ਨੂੰ ਸਲਾਮ ਕਰਕੇ ਆਖਿਆ ਕਿ ਰਾਤ ਨੂੰ ਰੋਜ਼ ਹੀ ਮੇਰੇ ਖੂਹ ਤੇ ਬੈਠਦੇ ਹਨ, ਉਸੇ ਜਗ੍ਹਾ ਤੋਂ ਹੀ ਰਾਤ ਨੂੰ ਪਹਿਰਾ ਦੇਣ ਆਉਂਦੇ ਹਨ, ਅੱਜ ਰਾਤੀ ਨਹੀਂ ਆਏ, ਸਵੇਰ ਤੱਕ ਉੱਥੇ ਹੀ ਬੈਠੇ ਰਹੇ। ਮੈਂ ਪੁੱਛਿਆ, ਕੀ ਗੱਲ, ਛੁੱਟੀ ਲਈ ਹੈ, ਤਾਂ ਇਹਨਾਂ ਨੇ ਕਿਹਾ, ਨਹੀਂ ਅੱਜ ਤਾਂ ਜਾਣ ਦਾ ਚੇਤਾ ਹੀ ਭੁੱਲ ਗਿਆ। ਇਹ ਗੱਲ ਠੀਕ ਹੈ ਕਿ ਰਾਤੀ ਸੰਤ ਪਹਿਰੇ ਤੇ ਨਹੀਂ ਆਏ? ਇਹ ਹੈਰਾਨਗੀ ਵਾਲੀ ਗੱਲ ਸੁਣ ਕੇ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਸੰਤ ਜੀ ਵੀ ਨਹੀਂ ਆਏ ਤੇ ਪਹਿਰਾ ਵੀ ਦਿੱਤਾ ਗਿਆ, ਇਹ ਤਾਂ ਕੋਈ ਕੌਤਕ ਵਰਤਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।